vai, ਇਕੱਠਾ ਕਰਕੇ ਘਰ ਬਹਿ ਗਏ। ਉਹਨਾਂ ਨੇ ਕਾਲ ਦਿੱਤੀ ਆ ਕਿ ਅਸੀਂ ਸੌਦਾ ਨਹੀਂ ਵਿਕਾਂਗੇ। ਕਿੰਨੇ ਸਟੂਡੈਂਟਸ ਨੇ ਜਿਹੜੇ ਕਿੱਥੋਂ ਕਿੱਥੇ ਜਾ ਰਹੇ ਨੇ, ਕੀ ਮਕਸਦ ਹੈ ਜੀ? ਗੱਲ ਇਹ ਆ ਜੀ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ, ਪੰਜਾਬ ਦੇ ਆਵਾਮ ਨੂੰ ਸਿਹਤਮੰਦ ਬਣਾਉਣ ਲਈ ਇੱਕ ਸਭ ਤੋਂ ਵੱਡਾ ਉਪਰਾਲਾ, ਸਭ ਤੋਂ ਵੱਡੀ ਮੁਹਿੰਮ ਦਾ ਆਗਾਜ਼ ਕੀਤਾ। ਤੋ ਅੱਜ ਅਸੀਂ ਤੰਦਰੁਸਤ ਪੰਜਾਬ ਵਾਸਤੇ ਸਟੂਡੈਂਟਸ ਵੀ, ਆਫਿਸਰਸ ਵੀ, ਐਨ ਜੀ ਓਜ਼ ਵੀ, ਔਰ ਅਸੀਂ ਇੱਕ ਮੈਰਾਥਨ ਕਰ ਰਹੇ ਹਾਂ, ਲੋਕਾਂ ਨੂੰ ਇੱਕ ਸੁਨੇਹਾ ਦੇ ਰਹੇ ਹਾਂ ਕਿ ਐਕਸਰਸਾਈਜ਼ ਕਰੋ, ਸੈਰ ਕਰੋ, ਯੋਗਾ ਕਰੋ, ਜੋ ਮਰਜ਼ੀ ਕਰੋ, ਲੇਕਿਨ ਕਸਰਤ ਕਰੋ, ਔਰ ਤਾਂ ਕਿ ਤੁਹਾਡਾ ਸਰੀਰ ਤੰਦਰੁਸਤ ਰਹੇ, ਕਿਉਂਕਿ ਚੰਗੀ ਸਿਹਤ ਚੰਗੀ ਸੁੱਖ। ਕਿੰਨੇ ਸਟੂਡੈਂਟਸ ਨੇ ਪਾਰਟੀਸਪੇਟ ਕੀਤਾ? ਮੇਰਾ ਖਿਆਲ 400-500 ਸਟੂਡੈਂਟ ਹੋਣੇ ਚਾਹੀਦੇ ਆ ਜੀ ਸਾਡੇ, ਤੁਹਾਨੂੰ ਆਪ ਹੀ ਦੇਖ ਲੈਣੇ। ਇਕੱਲੇ ਸਟੂਡੈਂਟਸ ਨਹੀਂ, ਆਫਿਸਰਸ ਵੀ ਕਰ ਰਹੇ ਆ।